ਮੋਗੇ ਜ਼ਿਲ੍ਹੇ ਵਿੱਚ ਪਿੰਡ ਪੈਂਦਾ ਹੈ ਮਹਿਰੋਂ, ਜਿੱਥੋਂ ਦਾ 47 ਸਾਲ ਦਾ ਨੌਜਵਾਨ ਹੈ ਨਿਰਮਲ ਸਿੰਘ। ਬਚਪਨ ਤੋਂ ਹੀ ਨਿਰਮਲ ਪੋਲੀਓ ਦਾ ਸ਼ਿਕਾਰ ਹੋਣ ਕਰਕੇ ਅੰਗਹੀਣ ਹੋ ਗਿਆ, ਪਰ ਉਸਨੇ ਜ਼ਿੰਦਗੀ ਨੂੰ ਅੰਗਹੀਣ ਨਹੀਂ ਹੋਣ ਦਿੱਤਾ। 12ਵੀਂ ਕੀਤੀ ਅਤੇ ਛੋਟੇ ਮੋਟੇ ਕੰਮਕਾਰ ਕੀਤੇ। ਸੋਸ਼ਲ ਮੀਡੀਆ 'ਤੇ ਆਪਣੇ ਵਰਗੇ ਅੰਗਹੀਣ ਦੇਖੇ ਜੋ ਵੀਲਚੇਅਰ 'ਤੇ ਬੈਠ ਕੇ ਕ੍ਰਿਕਟ ਖੇਡਦੇ ਸੀ। ਉਹਨਾਂ ਨੂੰ ਦੇਖ ਕੇ ਨਿਰਮਲ ਦੇ ਮਨ ਵਿੱਚ ਵੀ ਕ੍ਰਿਕਟ ਖੇਡਣ ਦਾ ਫੁਰਨਾ ਫੁਰਿਆ। ਵੀਲਚੇਅਰ ਕ੍ਰਿਕਟ ਐਸੋਸੀਏਸ਼ਨ ਨਾਲ ਸੰਪਰਕ ਕਰਕੇ ਚੰਡੀਗੜ੍ਹ ਪਹੁੰਚ ਗਿਆ, ਉੱਥੇ ਜਾ ਕੇ ਟ੍ਰੇਨਿੰਗ ਕੀਤੀ। ਇਸ ਤੋਂ ਬਾਅਦ ਨਿਰਮਲ 2019 ਵਿੱਚ ਪੰਜਾਬ ਦੀ ਟੀਮ ਵੱਲੋਂ ਪਹਿਲਾ ਮੈਚ ਖੇਡਿਆ, ਜਿਸ ਵਿੱਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ ਹਰਾਇਆ। ਇਸ ਮੈਚ ਵਿੱਚ ਉਸ ਨੂੰ ਮੈਨ ਆਫ ਦੀ ਮੈਚ ਵੀ ਮਿਲਿਆ। ਭਾਵੇਂ ਕਿ ਹੁਣ ਤੱਕ ਨਿਰਮਲ ਸਿੰਘ ਪੰਜਾਬ ਵੱਲੋਂ ਕਈ ਮੈਚ ਖੇਡ ਚੁੱਕਾ, ਪਰ ਹਾਲ ਇਹ ਨੇ ਕਿ ਦੁੱਧ ਵੇਚ ਕੇ ਉਸ ਨੂੰ ਘਰ ਦਾ ਗੁਜ਼ਾਰਾ ਕਰਨਾ ਪੈ ਰਿਹਾ। ਸਰ, ਮੈਂ ਬਚਪਨ ਤੋਂ ਮੈਨੂੰ ਪੋਲੀਓ ਹੋ ਗਿਆ ਸੀਗਾ ਅਤੇ 5 ਸਾਲ ਦੇ ਨੂੰ। ਉਸ ਤੋਂ ਬਾਅਦ ਮੈਂ ਪੜ੍ਹਾਈ ਕੀਤੀ ਪਲੱਸ ਟੂ ਤੱਕ। ਪਲੱਸ ਟੂ ਤੋਂ ਬਾਅਦ ਇੱਕ 6 ਮਹੀਨੇ ਦਾ ਕੋਰਸ ਕੀਤਾ ਰੈੱਡ ਕਰਾਸ ਤੋਂ, ਅਤੇ ਘਰ ਦੀ ਗਰੀਬੀ ਹੋਣ ਕਰਕੇ ਫਾਦਰ ਸਾਹਿਬ ਫੋਰਨ ਗਏ ਸੀਗੇ ਕੰਮ ਕਰਨ ਕਿਸੇ, ਅਤੇ ਉਹਨਾਂ ਦੇ ਕੋਈ ਉੱਧਰ ਅਚਾਨਕ ਕੇਸ ਪੈ ਗਏ ਜਿਹਦੇ ਵਿੱਚ ਉਹਨਾਂ 16 ਸਾਲ ਉੱਧਰ ਬੰਦ ਹੋ ਗਏ ਨੇ। ਪਰ ਘਰ ਦੀ ਗਰੀਬੀ ਸੀਗੀ। ਫਸਟ ਟਾਈਮ ਪਹਿਲਾਂ ਮੈਂ ਦੂਜਾ ਉਹ ਪੋਲਿਸ਼ ਦਾ ਕੰਮ ਕਰਦਾ ਸੀਗਾ ਫਰਨੀਚਰ ਦੇ ਵਿੱਚ, ਫਰਨੀਚਰ ਲਾਈਨ 'ਚ ਆਇਆ, ਅਤੇ ਹੌਲੀ ਹੌਲੀ ਚਲੋ ਮਤਲਬ ਮੋਬਾਈਲ ਯੂਜ਼ ਕਰਦੇ ਫੇਸਬੁੱਕ 'ਤੇ ਦੇਖਿਆ ਮੈਂ ਕ੍ਰਿਕਟ ਖੇਡਦੇ ਹੋਏ ਆਪਣੇ ਵਰਗੇ ਅੰਗਹੀਣ ਬੰਦ, ਅਤੇ ਉਸ ਤੋਂ ਬਾਅਦ ਮੇਰਾ ਵੀਰ ਸੰਧੂ ਜੀ ਨਾਲ ਕੰਟੈਕਟ ਹੋਇਆ ਸੀਗਾ ਜੋ ਸਾਡੇ ਪੰਜਾਬ ਟੀਮ ਦੇ ਕੈਪਟਨ ਨੇ, ਅਤੇ ਉਹਨਾਂ ਦੇ ਜ਼ਰੀਏ ਮੈਂ ਟਰਾਇਲ ਦਿੱਤਾ ਪੰਜਾਬ ਟੀਮ ਲਈ, ਅਤੇ ਮੈਂ ਪੰਜਾਬ 'ਚ ਸਿਲੈਕਟ ਹੋਇਆ, ਅਤੇ ਇੱਦਾਂ ਇਸ ਚੱਕਰ ਦੇ ਵਿੱਚ ਅੱਜ ਮੈਂ ਇੰਟਰਨੈਸ਼ਨਲ ਮੈਚ ਵੀ ਖੇਡਿਆ ਹੋਇਆ ਇੰਡੀਆ ਵੱਲੋਂ ਵੀ। ਸਰ, ਮੁਸ਼ਕਲਾਂ ਤਾਂ ਕਾਫੀ ਆਈਆਂ, ਕਿਉਂਕਿ ਪਹਿਲਾਂ ਵੀਲਚੇਅਰ ਨੂੰ ਯੂਜ਼ ਕਰਨਾ, ਕਿੱਦਾਂ ਚਲਾਉਣੀ, ਕਿੱਦਾਂ ਉਹਨੂੰ ਸਿੱਖਣਾ ਇੱਕ ਬਹੁਤ ਵੱਡੀ ਗੱਲ ਆ। ਫਿਰ ਹੌਲੀ ਹੌਲੀ ਬਹਿ ਕੇ ਵੀਲਚੇਅਰ 'ਤੇ ਬੈਟਿੰਗ ਕਰਨੀ, ਬੋਲਿੰਗ ਕਰਨੀ, ਹਰ ਤਰ੍ਹਾਂ ਦੀ ਫੀਲਡਿੰਗ ਕਰਨੀ, ਸਭ ਕੁਛ ਕਰਨਾ ਪਿਆ। ਬੜੀਆਂ ਮੁਸ਼ਕਲਾਂ ਆਈਆਂ, ਪਰ ਅੱਜ ਨਹੀਂ ਲੱਗ ਰਿਹਾ ਕਿ ਅੱਜ ਸਾਰੀਆਂ ਮੁਸ਼ਕਲਾਂ ਆਸਾਨ ਲੱਗ ਰਹੀਆਂ। ਸਰ, ਇਹ ਅੱਜ ਸਾਡੇ ਜਿਹੜਾ ਮਤਲਬ ਇਹਦੇ ਵਿੱਚ ਸੰਯੋਗ ਸਾਡੇ ਜਿਹੜੀ ਪੰਜਾਬ ਟੀਮ ਦੀ ਸੰਯੋਗ ਸਾਡੇ ਬਾਬਾ ਗੁਰਮੀਤ ਸਿੰਘ ਜੀ ਆ ਖੋਸਿਆਂ ਤੋਂ ਮੋਗੇ ਨਾਲ, ਅਤੇ ਬਾਕੀ ਉੱਪਰ ਮਹਾਰਾਜ ਦਾ ਸਪੋਰਟ ਆ ਸਾਨੂੰ ਹਾਲੇ ਤੱਕ, ਘਰਦਿਆਂ ਸਪੋਰਟ ਆ, ਹੋਰ ਨਹੀਂ ਕਿਸੇ ਦੀ। ਸਰਕਾਰ ਨੇ ਬਾਹ ਫੜੀ ਕਿਸੇ ਤਰ੍ਹਾਂ ਦੀ? ਨਹੀਂ, ਸਰਕਾਰ ਵੱਲੋਂ ਕੋਈ ਸਹੂਲਤ ਨਹੀਂ। ਸਰ, ਸਰਕਾਰ ਵੱਲੋਂ ਤਾਂ ਦੇਖਾ ਕੀਤਾ ਹੋਇਆ ਇੱਕ ਹਿਸਾਬ ਦਾ, ਸਾਨੂੰ ਹਾਲੇ ਤੱਕ ਕੋਈ ਮਦਦ ਨਹੀਂ, ਕੋਈ ਨਹੀਂ। ਮੰਨ ਲਓ ਕਿ ਮੈਨੂੰ ਆਪਦੇ ਜ਼ਿਲ੍ਹੇ ਤੋਂ ਵੀ ਕੋਈ ਮਦਦ ਨਹੀਂ ਮਿਲੇਗੀ, ਨਾ ਕੋਈ ਸਾਨੂੰ ਅਜੇ ਪੰਜਾਬ ਸਰਕਾਰ ਵੱਲੋਂ ਹੋਈ। ਸਰ ਜਿੰਨੇ ਅਸੀਂ ਜਿੰਨੇ ਪਲੇਅਰ ਰਹਿੰਦੇ ਹਾਂ ਸਾਰੇ ਨੋਰਮਲ ਫੈਮਿਲੀਆਂ ਤੋਂ, ਠੀਕ ਆ, ਕਿਸੇ ਨੂੰ ਵੀ ਕੋਈ ਹਜੇ ਤੱਕ ਰੁਜ਼ਗਾਰ ਦਾ ਸਾਧਨ ਨਹੀਂ ਬਣਿਆ। ਖੇਡ ਦਾ ਸਮਾਨ ਉਹ ਫਿਰ ਤੁਹਾਨੂੰ ਕਿੱਥੋਂ ਮੋਹੀਆ? ਸਰ, ਖੇਡ ਦਾ ਸਮਾਨ ਸਾਡੇ ਜੋ ਵੀ ਕੈਪਟਨ ਵੀਰ ਸਿੰਘ ਸੰਧੂ ਜੀ ਆ, ਉਹ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਆ, ਉਹ ਸਭ ਕਰਦੇ ਆ। ਸਰ, ਅਸੀਂ ਹੁਣ ਤੱਕ ਪੰਜਾਬ ਟੀਮ ਨੇ ਪਿਛਲੀ ਵਾਰ ਚੈਂਪੀਅਨ ਰਹੀ ਹੈ, ਅਤੇ ਹੁਣ ਤੱਕ ਇਹ 21 ਮੈਚ ਖੇਡਿਆ ਅਤੇ 21 ਦੇ 21 ਜਿੱਤੇ ਹੋਏ, ਅੱਜ ਤੱਕ ਪੰਜਾਬ ਟੀਮ ਹਾਰੀ ਨਹੀਂ ਹੈਗੀ। ਹਾਂਜੀ ਸਰ, ਜਿੱਦਾਂ ਮਤਲਬ ਇੱਕ ਵਧੀਆ ਬੈਟਿੰਗ ਕਰਨ ਦੇ, ਜੇ ਆਪਾਂ ਵਧੀਆ ਬੈਟਿੰਗ ਕਰਦੇ ਹਾਂ ਤਾਂ ਮੈਨ ਦਾ ਮੈਚ ਮਿਲਦਾ, ਉਹਦੇ ਵਿੱਚ ਕੁਛ ਥੋੜ੍ਹੇ ਪੈਸੇ ਵੀ ਹੁੰਦੇ ਆ, ਟਰੋਫੀ ਹੁੰਦੀ ਆ, ਵਧੀਆ ਬੈਟ ਬੋਲਿੰਗ ਵਾਲੇ ਨੂੰ ਮਿਲਦੀ ਆ, ਅਤੇ ਇੱਦਾਂ ਸਾਨੂੰ ਮਾਣ ਸਨਮਾਨ ਮਿਲ ਜਾਏ ਵੱਡੀ ਟੀਮ ਨੂੰ ਬਹੁਤ। ਹਾਂ, ਉਹ ਵੱਡਾ ਥੋੜ੍ਹਾ ਪ੍ਰਾਈਜ਼ ਹੁੰਦਾ, ਪਰ ਪ੍ਰਾਈਜ਼ ਮਿਲਦਾ ਇਹਦੇ ਵਿੱਚ। ਸਰ, ਇੱਦਾਂ ਕਰੋੜਾਂ 'ਚ ਨਹੀਂ ਅਸੀਂ ਕਹਿ ਸਕਦੇ ਕਿ ਇੱਦਾਂ, ਜਾਣੀ ਕਿ ਥੋੜ੍ਹੇ ਹੈਗੇ ਆ, ਜ਼ਿਆਦਾ ਨਹੀਂ ਹੈਗੀ। ਨਹੀਂ ਸਰ, ਸਰਕਾਰ ਵੱਲੋਂ ਤਾਂ ਕੁਛ ਨਹੀਂ, ਅਜੇ ਤੱਕ ਕੋਈ ਰਿਸਪੋਂਸ ਕੁਛ ਵੀ ਨਹੀਂ ਇਸ ਤਰ੍ਹਾਂ ਦਾ, ਕਿ ਕੋਈ ਮਤਲਬ ਕੋਈ ਇੱਕ ਝਾਕ ਵੀ ਨਹੀਂ ਅਜੇ ਤੱਕ ਸਰਕਾਰ ਵੱਲੋਂ ਕੋਈ ਸਾਨੂੰ ਕੋਈ ਦੇ ਦੇਵੇ, ਕੋਈ ਪੁੱਛ ਨਹੀਂ ਰਿਹਾ ਕਿ ਜਾਣੀ। ਸਰ, ਮੈਂ ਸਰਕਾਰ ਨੂੰ ਇੱਕੋ ਇੱਕ ਮੰਗ ਕਰਦਾ ਕਿ ਮੇਰੀ ਇਹੀ ਬੇਨਤੀ ਹੱਥ ਜੋੜ ਕੇ, ਸਭ ਤੋਂ ਪਹਿਲਾਂ ਤਾਂ ਜੋ ਵੀ ਅੰਗਹੀਣ ਬੰਦੇ ਆ ਉਹਨਾਂ ਬਾਰੇ ਸੋਚਿਆ ਜਾਵੇ। ਅੱਜ ਸਰਕਾਰ ਸਾਨੂੰ 750 ਪੈਨਸ਼ਨ ਦਿੰਦੀ ਆ, 750 ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ। ਪਹਿਲੀ ਗੱਲ ਤਾਂ ਕਿ ਜੇ ਪੈਨਸ਼ਨ ਦੇਣੀ ਆ ਕਿ ਇੱਕ ਇਹ ਮਜ਼ਾਕ ਨਾ ਕੀਤਾ ਜਾਵੇ ਹੈਂਡੀਕੈਪ ਪਰਸਨ ਨਾਲ, ਉਹਨੂੰ ਘੱਟੋ ਘੱਟ 3,000-3,500 ਰੁਪਈਆ ਮਹੀਨਾ ਪੈਨਸ਼ਨ ਹੋਵੇ। ਦੂਜੀ ਗੱਲ ਆ, ਉਹਦੀ ਯੋਗਤਾ ਦੇ ਅਨੁਸਾਰ ਉਹਨੂੰ ਕੋਈ ਨਾ ਕੋਈ ਜੋਬ ਦਿੱਤੀ ਜਾਵੇ ਜਾਂ ਉਹ ਆਪਦਾ ਘਰ ਚਲਾ ਸਕੇ। ਗੁਜ਼ਾਰਾ ਕਿਵੇਂ ਕਰੇਗਾ? ਸਾਡਾ ਗੁਜ਼ਾਰਾ ਦੁੱਧ। ਮੁਸ਼ਕਲ ਬਹੁਤ ਵੀਰ ਜੀ ਆਈ ਆ, ਪੜ੍ਹਾਉਣ ਦੀ ਵੀ ਬਹੁਤ ਆਈ ਆ, ਦਿੱਕਤਾਂ ਆਉਂਦੀਆਂ ਰਹੀਆਂ, ਬੱਸਾਂ ਇਹਨੂੰ ਛੱਡ ਕੇ ਆਉਣਾ, ਮਸਾਂ ਹੀ ਇਹਨੇ ਉੱਥੋਂ ਆਉਣਾ, ਆਉਣ ਜਾਣ ਦਾ ਬਹੁਤ ਇਹਨੂੰ ਹੋਇਆ। ਬਾਕੀ ਫਿਰ ਇਹਨੂੰ ਹੌਲੀ ਹੌਲੀ ਟਰੈਕ ਸਾਈਕਲ ਮਿਲਿਆ, ਇੱਕ ਮਿਲਿਆ ਸੀਗਾ। ਉਸ ਤੋਂ ਬਾਅਦ ਇਹਨੂੰ ਵਿਚਾਰੇ ਨੂੰ ਹੌਲੀ 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 ਜਾਣਦੀ ਪਲੱਸ ਟੂ ਤੱਕ ਮੈਂ ਕਰਵਾ, ਗਾਂਹ ਮੈਂ ਇੱਥੋਂ ਪੜਵਾਇਆ ਨਹੀਂ ਗਿਆ, ਗਾਂਹ ਕਿਉਂ ਮੇਰੇ 'ਚ ਹਿੰਮਤ ਨਹੀਂ ਸੀਗੀ, ਗਾਂਹ ਮੈਂ ਨਹੀਂ ਪੜ੍ਹਾ ਸਕੀ, ਮੈਂ ਕਮਜ਼ੋਰੀ ਸੀ। ਗੇਮ ਦਾ ਸ਼ੌਂਕ ਇਹਨੂੰ ਵੀਰ ਜੀ ਨਿੱਕੇ ਹੁੰਦੇ ਤੋਂ ਸੀਗਾ, ਵੀ ਹਾਂ 'ਚ ਇਹਨੇ ਬੈਟ ਨਾਲ ਖੇਡਣਾ, ਇਹਨੂੰ ਮੈਂ ਬਹੁਤ ਕਹਿਣਾ, ਮੈਂ ਕਹਿਣਾ ਤੂੰ ਕਿੱਥੋਂ ਖੇਡ ਲੇਗਾ, ਇਹਨੇ ਕਹਿਣਾ ਨਹੀਂ ਮਾਤਾ ਮੈਂ ਖੇਡਣਾ ਹੈ। ਮੈਂ ਇਹ ਜਾਣੀ ਵੱਡੇ ਮੁੰਡਿਆਂ ਨਾਲ ਬਹੁਤ ਖੇਡਦਾ ਸੀ, ਅਤੇ ਪਰ ਜੇ ਖੇਡਦਾ ਸੀ ਅੱਜ ਇਹਦੀ ਮਿਹਨਤ ਮਹਾਰਾਜ ਨੇ ਪੱਲੇ ਪਾਤੀ ਅਤੇ ਬਹੁਤ ਵਧੀਆ ਖੇਡਦਾ। ਹਾਂਜੀ, ਬਹੁਤ ਆਈਆਂ, ਇਹਨੇ ਇੱਥੋਂ ਜਾਣਾ ਚੰਡੀਗੜ੍ਹ ਨੂੰ, ਇਹਨੂੰ ਇੱਥੋਂ ਇਹਦੇ 11 ਦੋਸਤਾਂ ਨੇ ਛੱਡ ਕੇ ਆਉਣਾ, 11 ਦੋਸਤਾਂ ਨੇ ਫਿਰ ਇਹਨੂੰ ਫੋਨ ਜਦੋਂ ਬੱਸ ਤੋਂ ਉਤਰਨਾ ਇਹਨੇ ਫੋਨ ਕਰਨਾ, 11 ਦੋਸਤਾਂ ਨੇ ਲੈ ਕੇ ਆਉਣਾ, ਬਹੁਤ ਸਪੋਰਟ ਕਰਦੇ 11 ਦੋਸਤ, ਐਂ ਮੁਸ਼ਕਲਾਂ ਬਹੁਤ ਹੁੰਦੀਆਂ ਜੀ। ਹੁਣ ਵੱਡੀ ਟੀਮ 'ਚ ਖੇਡਦਾ? ਹਾਂਜੀ, ਵੱਡੀ ਟੀਮ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਹੁੰਦਾ ਜੀ ਵੀਰ ਜੀ। ਹਾਂਜੀ, ਗੁਜ਼ਾਰਾ ਕਿਵੇਂ ਚੱਲ ਰਿਹਾ? ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਵੀਰ ਜੀ, ਦੁੱਧ ਪਾਣੀ ਨਾਲ ਹੀ। ਹਾਂਜੀ, ਪਰਿਵਾਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਹੈਗਾ ਜੀ? ਨਹੀਂ ਜੀ, ਹੋਰ ਕੋਈ ਨਹੀਂ, ਨਿੱਕਾ ਬੇਟਾ ਉਹ ਛੋਟਾ। ਹਾਂਜੀ, ਕੀ ਸਰਕਾਰਾਂ ਤੋਂ ਕੀ ਅਪੀਲ ਹੈ ਜੀ, ਕੀ ਮੰਗ ਕਰਦੇ? ਸਰਕਾਰ ਤੋਂ ਇਹ
ਤੇ ਕੋਈ ਇਹਨਾਂ ਨੂੰ ਅਗਾਂਹ ਖੇਡਾਂ ਦਾ ਹੋਰ ਮਾਣ ਸਨਮਾਨ ਹੋਵੇ, ਇਹਨਾਂ ਦਾ ਕੋਈ ਹੌਸਲਾ ਵਧੇ, ਜਿਹਦੇ ਨਾਲ ਇਹ ਹੋਰ ਖੇਡਣ, ਮਿਹਨਤ ਕਰਦੇ ਬਥੇਰੀ, ਬਹੁਤ ਜ਼ਿਆਦਾ ਮਿਹਨਤ ਕਰਦੀ ਹੈ। ਸਰਕਾਰ ਨੇ ਹੁਣ ਤੱਕ ਕੋਈ ਸਹਿਯੋਗ ਦਿੱਤਾ ਇਹਨੂੰ? ਨਹੀਂ ਜੀ, ਸਹਿਯੋਗ ਕੋਈ ਨਹੀਂ ਦਿੱਤਾ ਹੈ ਜੀ। ਕੀ ਮੰਗ ਕੀ ਕਰਦੇ ਹੋ, ਕਿਸ ਤਰ੍ਹਾਂ ਦੀ ਮੰਗ? ਅਸੀਂ ਇਹਨਾਂ ਨੂੰ ਇਹੀ ਕਹਿੰਦੇ ਹਾਂ ਸਰਕਾਰ ਨੂੰ ਵੀ ਇਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ, ਕੋਈ ਗਾਂ ਖੇਡਾਂ ਦਾ ਸਮਾਨ ਦਿੱਤਾ ਜਾਵੇ, ਕੋਈ ਇਹਨਾਂ ਨੂੰ ਗਰਾਊਂਡ ਦਿੱਤਾ ਜਾਵੇ ਮੋਗੇ ਜ਼ਿਲ੍ਹੇ 'ਚ। ਅਤੇ ਖੇਡਾਂ ਦੇ ਵਿੱਚ ਕਿੰਨਾ ਸਹਿਯੋਗ ਮੰਨਦੇ ਜਿਹੜਾ ਆਮ ਇਹਨਾਂ ਤੁਹਾਡੇ? ਬਹੁਤ ਜੀ। ਕਿੰਨਾ ਨੇ ਸਹਿਯੋਗ ਦਿੱਤਾ? ਸਹਿਯੋਗ ਇਹਨਾਂ ਦੇ ਇਹਦੇ ਯਾਰਾਂ ਦੋਸਤਾਂ ਨੇ ਦਿੱਤਾ ਜੀ, ਜਾਂ ਉੱਥੋਂ ਦੇ ਵੀਰ ਸੰਧੂ ਨੇ ਵੀਰ ਜੀ। ਹਾਂਜੀ, ਵੀਰ ਸੰਧੂ ਬਹੁਤ ਕਰਦਾ, ਜਾਣੀ ਉਸ ਤੀਜਾ ਹੀ ਪੁੱਤ ਬਣਿਆ ਮੈਂ, ਮੇਰਾ ਬਹੁਤ ਜ਼ਿਆਦਾ ਕਰਦਾ। ਸੋ ਅਜਿਹੇ ਕਈ ਨੌਜਵਾਨ ਨੇ ਜੋ ਆਪਣੇ ਸਿਰ 'ਤੇ ਵੱਡੀਆਂ ਮੱਲਾਂ ਮਾਰ ਰਹੇ ਨੇ, ਪਰ ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਇੱਥੇ ਪੜ੍ਹੇ ਲਿਖਿਆਂ ਨੂੰ ਵੀ ਨੌਕਰੀ ਨਹੀਂ ਮਿਲਦੀ। ਅਜਿਹੇ ਹੋਣਹਾਰ ਨੌਜਵਾਨਾਂ ਦੀ ਮਿਹਨਤ ਦਾ ਮੁੱਲ ਕਿਸ ਨੇ ਪਾਉਣਾ? ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਸੁਰਖਾਬ TV।